ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਅਤੇ ਸ਼ੁਰੂਆਤ ਕਰੀਏ ਦਿੱਲੀ MCD ਚੋਣਾਂ ਤੋਂ। ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ ਹੈ ਜੀ ਇੱਥੇ। ਜੀ ਬਿਲਕੁਲ ਬਿਲਕੁਲ, ਇਹ ਇੱਕ ਕਹਿ ਲਓ ਕਿ ਬੜੀ ਵੱਡੀ ਜਿੱਤ ਹੈ ਜਿਹੜੀ ਅੱਜ ਇਹਨਾਂ ਨੇ ਹਾਸਲ ਕੀਤੀ ਹੈ। 134 ਸੀਟਾਂ ਲੈ ਗਏ, 126 ਚਾਹੀਦੀਆਂ ਸੀਗੀਆਂ ਬਹੁਮਤ ਵਾਸਤੇ, ਤੇ ਯਾਨੀ ਪੂਰਾ ਕੰਮ ਖਿੱਚ ਦਿੱਤਾ। ਪ੍ਰਵੀਨ ਜੀ, ਭੰਗੜੇ ਪੈ ਰਹੇ ਨੇ, ਜਸ਼ਨ ਮਨਾਏ ਜਾ ਰਹੇ ਨੇ, ਹੈ ਨਾ। ਅੱਜ ਤੇਰਾ ਬਰਥਡੇ ਹੈ, ਜਸ਼ਨ ਮਨਾਏ ਜਾਣਗੇ, ਤਾਂ ਅੱਜ ਮਤਲਬ ਕਿ ਪੂਰੇ ਜਸ਼ਨ ਮਨਾਏ ਜਾ ਰਹੇ ਆ। ਭਗਵੰਤ ਮਾਨ ਵੀ ਗੱਲ ਜਿਹੜੀ ਹੈ ਨਾ, ਬਲਾ ਬਲਾ ਕੇ ਸੁੱਟਣ ਡਿਆ ਸਾਨੂੰ ਵੀ ਉੱਥੇ ਪਹੁੰਚੇ ਹੋਏ ਸੀ। ਤੋ ਕਹਿੰਦੇ ਕਿ ਕੱਲ ਨੂੰ ਫਿਰ ਮੈਂ ਤੁਹਾਡੇ ਕੋਲ ਇਸੇ ਤਰ੍ਹਾਂ ਹੀ ਹਾਜ਼ਰ ਹੋ ਜਾਣਾ ਆ, ਕਿਉਂਕਿ ਕੱਲ ਨੂੰ ਗੁਜਰਾਤ ਦਾ ਇਲੈਕਸ਼ਨ ਆਏਗਾ, ਸੋਰੀ ਰਿਜ਼ਲਟ ਆਏਗਾ ਇਲੈਕਸ਼ਨ ਦਾ, ਤੇ ਹਿਮਾਚਲ ਦਾ। ਤੇ ਕਹਿੰਦੇ ਵੀ ਬਸ ਇਸੇ ਤਰ੍ਹਾਂ ਹੀ ਵਾਜੇ ਵੱਜਣਗੇ ਤੇ ਜਿਹੜੇ ਵਿਰੋਧੀ ਆ ਉਹ ਨੁਕਰੇ ਲੱਗਣਗੇ। ਤੋ ਕਾਫੀ ਮਤਲਬ ਕਿ ਖੁਸ਼ੀ ਜਾਂ ਜਲੌ ਜਿਹੜਾ ਆ ਉਹ ਚਿਹਰੇ ਤੋਂ ਨਜ਼ਰ ਆ ਰਿਹਾ ਸੀਗਾ। ਤਾਂ ਖੈਰ ਦੇਖੋ, ਇੱਕ ਤਾਂ ਇਹ ਸੀਗਾ ਕਿ ਜੋ ਸਰਵੇਖਣ ਆਏ ਸਨ, ਜਿਹੜੇ ਐਗਜ਼ਿਟ ਪੋਲ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਕਿ MCD ਤਾਂ ਸਾਰੇ ਹੀ ਦੇ ਰਹੇ ਸਨ ਐਤਕੀ, ਤੇ MCD ਨੂੰ ਹਾਸਲ ਕਰਨ ਵਾਸਤੇ ਉਦਾਂ ਇਹਨਾਂ ਦਾ ਯਤਨ ਵੀ ਜਿਹੜਾ ਭਰਪੂਰ ਰਿਹਾ। ਦੇਖੋ ਗੱਲ ਇਹ ਆ ਕਿ ਜਿੱਤੇ ਕਿੱਦਾਂ ਉਹ ਵੱਖਰੀ ਗੱਲ ਹੁੰਦੀ ਆ, ਜਿੱਤ ਜਿੱਤ ਹੁੰਦੀ ਆ, ਪਰ ਜਿੱਤ ਦੇ ਕਈ ਕਾਰਨ ਹੁੰਦੇ ਆ ਜਿਹੜੇ ਕਰਕੇ ਜਿੱਤ ਵਿਸ਼ੇਸ਼ ਬਣਦੀ ਆ। ਵਿਸ਼ੇਸ਼ ਇਸ ਕਰਕੇ ਬਣਦੀ ਆ ਕਿ ਭਾਜਪਾ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡੀ ਹਾਲਤ ਜਿਹੜੀ ਆ ਥੋੜੀ ਐਤਕੀ ਫਸਵੀਂ ਆ, ਤਾਂ ਉਹਨਾਂ ਨੇ ਬੜਾ ਯਤਨ ਕੀਤਾ। ਮਤਲਬ MCD ਨੂੰ ਇੱਕ ਕਰ ਦਿੱਤਾ। ਤੁਹਾਨੂੰ ਪਤਾ ਹੋਣਾ ਕਿ ਪਹਿਲਾਂ 3 ਸੀ, ਉਹਦੇ 3 ਹਿੱਸੇ ਸੀ, ਫਿਰ ਹੱਦਬੰਦੀ ਨਵੇਂ ਸਿਰੇ ਤੋਂ ਕੀਤੀ ਗਈ, ਫਿਰ ਆਪਣੇ ਮਤਲਬ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਛੱਡ ਕੇ ਬਾਕੀ ਸਾਰੇ ਵੱਡੇ ਲੀਡਰ ਵੀ ਮੈਦਾਨ ਚ ਉਤਾਰੇ। ਇੱਥੋਂ ਤੱਕ ਕਿ ਖੁਫੀਆ ਕੈਮਰਿਆਂ ਦੇ ਨਾਲ ਸਟਿੰਗ ਕਰਵਾਏ ਗਏ, ਸਤਿੰਦਰ ਜੈਨ ਦੀਆਂ ਮਾਲਸ਼ਾਂ ਪਾਲਸ਼ਾਂ ਸਾਰਾ ਕੁਛ ਹੀ ਦਿਖਾਇਆ ਗਿਆ, ਤੁਸੀਂ ਦੇਖ ਰਹੇ ਸੀ। ਤਾਂ ਦੂਸਰੇ ਪਾਸੇ ਕੀ ਸੀ, ਦੂਸਰੇ ਪਾਸੇ ਮਤਲਬ ਕਿ ਦਿਖਾ ਰਹੇ ਸੀ ਕੂੜੇ ਦੇ ਢੇਰ ਜਾਂ ਆਪਣੇ ਆਪ ਨੂੰ ਕੱਟੜ ਇਮਾਨਦਾਰ। ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੜਾਈ ਦਾ ਪੂਰਾ ਸਮਾਨ ਸਨ, ਉਧਰੋਂ ਵੀ ਤੇ ਉਧਰੋਂ ਵੀ। ਉਹ ਸੈਂਟਰਲ ਏਜੰਸੀਆਂ ਵਰਤ ਰਹੀਆਂ ਸਨ ਤੇ ਇਧਰਲੇ ਪਾਸੇ ਤੋਂ ਆਪਣਾ ਜਿਹੜਾ ਇਹਨਾਂ ਦਾ ਮਜ਼ਬੂਤ ਕੈਡਰ ਹੈ ਹੇਠਲੇ ਪੱਧਰ ਤੇ, ਇਹਨਾਂ ਨੇ ਉਹਨੂੰ ਚੋਕ ਦਿੱਤਾ। ਤਾਂ ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਪ੍ਰਚਾਰ ਹੁੰਦਾ ਡੋਰ ਟੂ ਡੋਰ ਕੰਪੇਨ ਖਾਸ ਤੌਰ ਤੇ ਬੜੀ ਜ਼ਬਰਦਸਤ ਹੁੰਦੀ ਹੈ, ਤੇ ਦਿੱਲੀ ਚ ਵੈਸੇ ਹੀ ਇਹਨਾਂ ਨੂੰ ਭੇਜ ਦਿਆ। ਮਤਲਬ ਕਿ ਲੜਾਈ ਗਹਿ ਗਚਵੀ ਸੀਗੀ, ਇਹ ਨੀ ਕਹਿ ਸਕਦੇ ਕਿ ਆਪਾਂ ਵਨ ਸਾਈਡਡ ਸੀਗੀ। ਜੋ ਵੀ ਹੈ ਰਿਜ਼ਲਟ ਮੈਟਰ ਤੇ ਕਰਦਾ ਹੈ, ਪਰ ਇਹ ਰਿਜ਼ਲਟ ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਭਾਜਪਾ ਨੂੰ, ਮੈਨੂੰ ਜਿੱਥੋਂ ਤੱਕ ਲੱਗਦਾ ਕਿ ਭਾਜਪਾ ਨੂੰ ਅਹਿਸਾਸ ਸੀ ਕਿ ਅਸੀਂ ਬੁਰੀ ਤਰ੍ਹਾਂ ਹਾਰੂਗੇ। ਉਹਨਾਂ ਨੇ ਉਸ ਬੁਰੀ ਹਾਰ ਨੂੰ ਟਾਲਿਆ ਹੈ ਕਿਤੇ ਨਾ ਕਿਤੇ। ਇਹ ਨਾ ਕਿਉਂ ਕਿ ਮੈਂ ਕੱਢ ਕੇ ਕਿਤੇ ਨਾ ਕਿਸੇ ਪਾਸੇ ਉੱਤੇ ਭਾਜਪਾ ਦੀ ਸਿਫਤ ਕਰ ਰਿਹਾ, ਇਹ ਐਸਾ ਲੱਗਿਆ ਕਿਉਂਕਿ ਹੱਦਬੰਦੀ ਜਾਂ ਇਹ ਸਾਰਾ ਕੁਛ ਉਹਨਾਂ ਨੂੰ ਪਤਾ ਸ਼ਾਇਦ ਲੱਗ ਗਿਆ ਸੀਗਾ ਕਿ ਜਿੱਤ ਅਸੀਂ ਨਹੀਂ ਸਕਦੇ, ਤਾਂ ਕਿਸੇ ਤਰੀਕੇ ਦੇ ਨਾਲ ਨਮੋਸ਼ੀਜਨਕ ਹਾਰ ਤੋਂ ਬਚਿਆ ਜਾਵੇ, ਕਿਉਂਕਿ ਦਿੱਲੀ MCD ਦਾ ਇਲੈਕਸ਼ਨ ਬੁਰੀ ਤਰ੍ਹਾਂ ਹਾਰਨ ਦਾ ਮਤਲਬ ਇਹੋ ਹੋਏਗਾ ਕਿ ਸਾਰੇ ਮੁਲਕ 'ਚ ਸੰਦੇਸ਼ ਜਾਏਗਾ ਕਿ ਆਮ ਆਦਮੀ ਪਾਰਟੀ ਹੁਣ ਭਾਰੂ ਪੈਣ ਲੱਗ ਪਈ ਆ। ਇਸ ਕਰਕੇ ਇਹਨਾਂ ਨੇ ਖਾਸਾ ਜ਼ੋਰ ਲਾਇਆ ਤੇ 134 ਸੀਟਾਂ ਜ਼ਰੂਰ ਜਿੱਤੀਆਂ ਨੇ। 134 ਸੀਟਾਂ ਦੇ ਵਿੱਚ ਜੇ ਤੁਸੀਂ ਵੋਟ ਸ਼ੇਅਰ ਦੇਖੋਗੇ ਤਾਂ 42% ਆਮ ਆਦਮੀ ਪਾਰਟੀ ਨੂੰ ਇੱਥੇ ਇਸ ਵੇਲੇ ਜੇ ਦੇਖੋਗੇ ਤਾਂ MCD ਇਲੈਕਸ਼ਨ ਚ ਤਾਂ 17% ਦਾ ਇਜ਼ਾਫਾ ਹੋਇਆ, ਮਿਲਿਆ ਇਹਨਾਂ ਨੂੰ, ਵਾਧਾ ਮਿਲਿਆ। ਪਰ ਜਿਹੜੀ ਭਾਜਪਾ ਹੈ ਉਹਨੇ ਆਪਣਾ ਵੋਟ ਬੈਂਕ ਉਹਨਾਂ ਹੀ ਰੱਖਿਆ ਹੈ, ਵੋਟ ਸ਼ੇਅਰ ਉਹਨਾਂ ਦਾ ਕੀ ਹੈ। ਪਿਛਲੀ ਵਾਰੀ ਸਗੋਂ 39.03 ਸੀ, ਐਤਕੀ 39.09 ਹੋ ਗਿਆ, ਮਤਲਬ ਕਿ ਮਾਮੂਲੀ ਆ ਵੱਧ ਗਿਆ। ਤਾਂ ਇਹ ਗੱਲ ਆ ਕਿ ਤੁਸੀਂ ਦੇਖਿਆ ਹੋਣਾ ਅਸੈਂਬਲੀ ਦੇ ਵਿੱਚ ਜਦੋਂ ਇਹਨਾਂ ਦਾ ਇਲੈਕਸ਼ਨ ਸੀਗਾ ਅਸੈਂਬਲੀ ਚੋਣ ਦੇ ਵਿੱਚ, ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੋਟ ਸ਼ੇਅਰ ਸੀ ਉਹ 50 ਤੋਂ ਉੱਤੇ ਚਲ ਗਿਆ ਸੀਗਾ। ਤਾਂ ਇਹਨਾਂ ਨੂੰ ਵੇਖਿਆ ਜਾਵੇ ਤਾਂ ਥੋੜਾ ਨੁਕਸਾਨ ਵੀ ਚੱਲਣਾ ਪਿਆ। ਵੈਸੇ ਅੱਜ ਅੱਛੇ ਹੋਣਗੇ 5 ਸਾਲ MCD ਮੇ ਵੀ ਕੇਜਰੀਵਾਲ, ਤੇ ਉਹਦੇ ਵਿੱਚ ਜਿਹੜਾ ਇੱਕ ਰੰਗ ਭਰਿਆ ਗਿਆ ਸੀਗਾ ਇਸ ਬੈਨਰ ਨੂੰ ਕਹਿ ਲਓ ਜਾਂ ਹੋਰਡਿੰਗ ਨੂੰ ਕਹਿ ਲਓ, ਉਹ ਕੇਸਰੀਆ ਸੀਗਾ। ਮਤਲਬ ਇਹ ਵੀ ਕਾਫੀ ਇੱਕ ਵੇਖਣ ਵਾਲੀ ਗੱਲ ਸੀਗੀ। ਤੋ ਖੈਰ ਜਸ਼ਨ ਤੇ ਇੱਕ ਪਾਸੇ ਹੈਗੇ ਨੇ 134, ਇਹਨਾਂ ਦੇ ਕੋਲ 8 ਜਿਹੜੇ ਹੈਗੇ ਕੌਂਸਲਰ ਉਹ ਹੈਗੇ, ਜ਼ਿਆਦਾ ਹੈਗੇ ਆ, 126 ਚਾਹੀਦੇ ਸੀਗੇ। ਪਰ ਭਾਜਪਾ ਦੇਖੋ ਇੱਥੇ ਸ਼ਾਇਦ ਲੱਗਦਾ ਨਹੀਂ ਹੈ ਕਿ ਉਹ ਬਾਜੀ ਜਿਹੜੀ ਆ ਹਾਰ ਕੇ ਬਹਿ ਗਈ ਆ, ਹਾਲੇ ਵੀ ਯਤਨ ਕਰੇਗੀ। ਉਹਨਾਂ ਦੇ ਬੋਲਾਂ ਤੋਂ ਵੀ ਐਸਾ ਲੱਗਦਾ ਹੈ, ਕਿਉਂਕਿ ਉਹਨਾਂ ਦੇ ਲੀਡਰ ਬੋਲੇ ਨੇ, ਖਾਸ ਤੌਰ ਤੇ ਦਿੱਲੀ ਚ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਬੋਲੇ ਆ
ਕਿ ਮੇਅਰ ਤੋਂ ਹਮਾਰਾ ਹੀ ਹੋਗਾ। ਜੀ ਕਿਵੇਂ ਜੀ ਹੋਏਗਾ ਉਹ ਤੁਹਾਨੂੰ ਪਤਾ, ਆਪਰੇਸ਼ਨ ਲੋਟਸ ਜ਼ਿੰਦਾਬਾਦ ਉਹ ਸਾਰਾ ਕੁਝ ਚੱਲਦਾ ਹੀ ਆ। ਪਰ ਇਹਦੇ ਵਿੱਚ ਇੱਕ ਸਰਵੇ ਬੜਾ ਸਟੀਕ ਬੈਠਾ ਜੀ ਨਿਊਜ਼ ਬਾਰਕ ਵਾਲਿਆਂ ਦਾ, ਜਿਹੜਾ ਸੀਗਾ ਨਾ ਜੀ ਪ੍ਰਵੀਨ ਜੀ, ਜੀ ਜੀ ਉਹ ਸਰਵੇ ਬਹੁਤ ਸਟੀਕ ਹੈ। ਉਹਨਾਂ ਨੇ ਜਿਹੜਾ ਐਗਜ਼ਿਟ ਪੋਲ ਦਿੱਤਾ ਸੀ ਉਹ 134 ਤੋਂ 146 ਸੀ, ਤਾਂ ਐਗਜ਼ੈਕਟ 134 ਤਾਂ ਸਰਵੇ ਕਈ ਬਹੁਤ ਸਟੀਕ ਬਹਿੰਦੇ ਨੇ, ਤਾਂ ਇਹ ਵੀ ਜਿਹੜਾ ਸਰਵੇ ਦੇ ਇਹਨਾਂ ਦਾ ਅੰਕੜਾ ਸੀ ਬਹੁਤ ਸਟੀਕ ਬੈਠਾ। ਤਾਂ ਕਾਂਗਰਸ ਕਾਂਗਰਸ ਦੀ ਹੋਣੀ ਦੀ ਹੁਣ ਕੀ ਗੱਲ ਕਰੀਏ, 9 ਕੁ ਸੀਟਾਂ ਬਸ ਜਿੱਦਾਂ ਕਹਿ ਲਓ ਕਿ ਨਾ ਹਸਪਤਾਲ ਦੇ ਵਿੱਚ 2-4 ਬੰਦੇ ਪਏ ਹੁੰਦੇ ਨੇ, ਆਪੋ ਵਿੱਚ ਹੀ ਗੱਲਾਂ ਕਰੀ ਜਾਂਦੇ ਨੇ, ਦਿਲ ਨੂੰ ਇੱਕ ਦੂਜੇ ਨੂੰ ਦੇਖ ਕੇ ਧਰਵਾਸ ਜੀ ਦੇ ਲੈਂਦੇ ਆ। ਮਤਲਬ ਕਿ ਆਮ ਆਦਮੀ ਪਾਰਟੀ ਭਾਜਪਾ ਇਹਨਾਂ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਹਾਲ ਵੀ ਕੁਛ ਇਸ ਕਿਸਮ ਦਾ ਹੋ ਗਿਆ ਹੈ। ਤਾਂ ਕੋਈ ਪੁੱਛ ਪ੍ਰਤੀਤ ਨਹੀਂ, ਕੋਈ ਜਿਵੇਂ ਸਰਕਾਰੀ ਹਸਪਤਾਲ ਚ ਕੋਈ ਡਾਕਟਰ ਨਹੀਂ ਆਉਂਦਾ ਵੇਖਣ ਵਿਖਾਉਣ ਨੂੰ, ਤਾਂ ਮਤਲਬ ਕਿ ਉਹੀ ਹੈ ਕਿ ਕੋਈ ਪੁੱਛ ਪ੍ਰਤੀਤ ਨਹੀਂ ਹੈ ਜੀ। ਇਸ ਟਾਈਮ ਕਾਂਗਰਸ ਸਭ ਤੋਂ ਜ਼ਿਆਦਾ ਨੁਕਸਾਨ ਚੱਲ ਕੇ ਬੈਠੀ ਹੈ ਇਸ ਮਾਮਲੇ ਚ। ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਆ ਪਿਛਲੀ ਵਾਰੀ ਨਾਲੋਂ 9% ਦੇ ਕਰੀਬ ਹੋਰ ਡਿੱਗ ਪਿਆ। ਤਾਂ ਇਹ ਬੜੇ ਵੱਡੇ ਝਟਕੇ ਲੱਗ ਰਹੇ ਨੇ ਕਾਂਗਰਸ ਨੂੰ। ਖੈਰ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ, ਹੁਣ ਕੋਈ ਤਾਂ ਇਹਨੂੰ ਜੋੜ ਰਿਹਾ ਕਿ ਦੇਖੋ ਗੁਜਰਾਤ ਤੁਮ ਲੈ ਲਓ, ਦਿੱਲੀ ਮੁਝੇ ਦੇ ਦੋ, ਇਹ ਡੀਲ ਹੈ। ਨਹੀਂ ਐਸਾ ਤਾਂ ਦੇਖੋ ਠੀਕ ਹੈ, ਸੋਚ ਹੋ ਸਕਦੀ ਹੈ, ਸਾਡੇ ਕੋਲ ਕੋਈ ਸਾਬਤ ਕਰਨ ਵਾਸਤੇ ਹੈ ਨਹੀਂ, ਪਰ ਉਹਨਾਂ ਦੀ ਪਰਫੋਰਮੈਂਸ ਜਿਹੜੇ ਜਿੱਤੇ ਆ ਉਹ ਘੱਟ ਨਹੀਂ ਹੈ, ਕਿਉਂਕਿ ਉਹਨਾਂ ਨੇ ਜ਼ੋਰ ਬਹੁਤ ਲਾਇਆ ਸੀ, ਭਾਜਪਾ ਦਾ ਵੀ ਜ਼ੋਰ ਬਹੁਤ ਲੱਗਾ ਸੀਗਾ। ਪਰ ਹੁਣ ਭਾਜਪਾ ਬਹਿ ਜਾਏਗੀ ਹੱਥ ਤੇ ਹੱਥ ਧਰ ਕੇ, ਇੱਕ ਵੱਡਾ ਸਵਾਲ ਹੈ, ਜਾਂ ਫਿਰ ਮੈਂ ਜਿਵੇਂ ਕਿਹਾ ਕਿ ਕਮਲ ਤੋਂ ਖਿਲੇਗਾ ਹੀ ਖਿਲੇਗਾ।